ਭਾਰਤੀ ਮਹਿਲਾ ਫ੍ਰੀਸਟਾਈਲ ਪਲਵਾਨ ਵਿਨੇਸ਼ ਫੋਗਾਟ ਅੰਸ਼ੂ ਮਲੇਕ ਮਾਨਸੀ ਤੇ ਰਿਤਿਕਾ ਏਸ਼ੀਆਈ 올림픽 ਕੁਆਲੀਫਾਇਰ ਦੇ ਸੈਮੀਫਾਈਨਲਸ ਵਿੱਚ ਪਹੁੰਚ ਗਈਆਂ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਹੋਏ ਮੁਕਾਬਲਿਆਂ ਦੌਰਾਨ ਵਿਨੇਸ਼ ਨੇ ਕੋਰੀਆਈ ਖਿਡਾਰਨ ਮੀਰਾਂਜ ਚੋਂ ਨੂੰ ਆਸਾਨੀ ਨਾਲ ਹਰਾ ਕੇ ਪੈरिस 올림픽 ਦਾ ਕੋਟਾ ਹਾਸਲ ਕੀਤਾ। ਅੰਸ਼ੂ ਮਲਿਕ ਨੇ ਤਕਨੀਕੀ ਉੱਤਮਤਾ ਦੇ ਆਧਾਰ ਤੇ ਮੇਜ਼ਬਾਨ ਦੇਸ਼ ਦੀ ਕਲਮੀਰਾ ਨੂੰ ਹਰਾਇਆ ਭਾਰਤੀ ਪਹਿਲਵਾਨ ਰਿਤਿਕਾ ਨੇ ਚੀਨ ਦੀ ਜੁਆੰਗ ਵਾਂਗ ਨੂੰ ਮਾਤ ਦਿੱਤੀ ਤੇ ਮਾਸੀ ਨੇ ਇੱਕ ਪਾਕਿਸਤਾਨ ਦੀ ਇਰੀਨਾ ਕੁਜਨੇਤ ਸੋਵਾ ਨੂੰ ਹਰਾਇਆ